वाहिगुरु जी का खालसा वाहिगुरु जी की फतेह। अनमोल विचार चैनल विच तुहाडा स्वागत है। अपनी अज दी वीडियो दा विषय है कि रोजाना गुरु घरे जाके गुरु ग्रंथ साहिब जी दे अगे ए दो काम करने आ तां देखना साडी किस्मत दे बंद दरवाजे भी खुल जाणगे, भाव कि साडे माड़े कर्म माड़ी किस्मत भी चंगे दे विच बदल जावेगी। भरोसा रख के कह रही हां कि जे किते ए दो काम असीं समझ लए अते करने शुरू कर दिते तां देखना कुछ ही दिनां दे विच साडी जिंदगी पूरी तरह बदल जाएगी। साडे उत्ते साडे वाहिगुरु अकाल पुरख जी दी इन्नी कृपा वरतेगी तां देखना साडे खुद दे अंदर दीआं साडे घर दीआं सारीआं कमियां दूर हो जाणगीआं। असीं तन पक्को मन पक्को अते धन पक्को हर पक्को मजबूत हो जावांगे, हर पक्को धनवान हो जावांगे। तां ओह किहड़े दो कम्म ने जो गुरु घरे जा के गुरु दे सन्मुख हो के असीं करने ने, ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਇਸ ਕਰਕੇ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਅਤੇ ਸੁਣਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਜ਼ਰੂਰ ਲਿਖ ਕੇ ਆਉਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਤਾਂ ਦੇਖੋ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਨੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲੈ, ਸਮਝ ਲਓ ਕਿ ਅਸੀਂ ਆਪਣੇ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਕਰ ਲਏ। ਜਿਸ ਨੇ ਗੁਰਬਾਣੀ ਨੂੰ ਪੜ ਲਿਆ, ਗੁਰਬਾਣੀ ਤੋਂ ਗਿਆਨ ਹਾਸਲ ਕਰ ਲਿਆ, ਸਮਝੋ ਕਿ ਦਸਾਂ ਹੀ ਪਾਤਸ਼ਾਹੀਆਂ ਦਾ ਮੇਰ ਭਰਿਆ ਹੱਥ ਸਾਡੇ ਸਿਰ ਉੱਤੇ ਆ ਗਿਆ। ਤਾਂ ਇਸ ਕਰਕੇ ਆਪਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਨਾ ਤਾਂ ਇਹ ਦੋ ਕੰਮ ਜ਼ਰੂਰ ਕਰਨੇ ਆ। ਇਹ ਦੋ ਕੰਮ ਸਾਂਝੇ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਜੋ ਕਿ ਆਪਾਂ ਹਮੇਸ਼ਾ ਸਾਂਝੀਆਂ ਕਰਦੇ ਰਹਿੰਦੇ ਹਾਂ। ਪਹਿਲੀ ਕਿ ਜਦ ਵੀ ਗੁਰੂ ਘਰੇ ਜਾਣਾ ਹੈ ਤਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਉਹ ਘਰ ਤੋਂ ਹੀ ਜੁੜਿਆ ਹੋਵੇ। ਇਹ ਨਹੀਂ ਕਿ ਅਸੀਂ ਗੁਰੂ ਘਰੇ ਜਾ ਰਹੇ ਹਾਂ ਪਰ ਜਾਂਦੇ ਸਮੇਂ ਇੱਧਰ ਉੱਧਰ ਦੀਆਂ ਗੱਲਾਂ ਕਰ ਰਹੇ ਹਾਂ, ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਹਾਂ, ਕਿਸੇ ਦੀ ਬੁਰਾਈ ਕਰ ਰਹੇ ਹਾਂ ਜਾਂ ਫਿਰ ਇਹ ਦੁਨੀਆ ਦੀ ਚੱਕਾ ਚੌਂਦ ਨੂੰ ਦੇਖਦੇ ਜਾ ਰਹੇ ਹਾਂ। ਨਹੀਂ, ਘਰ ਤੋਂ ਤੁਰਦੇ ਸਮੇਂ ਤੋਂ ਲੈ ਕੇ ਗੁਰੂ ਘਰ ਜਾਂਦੇ ਸਮੇਂ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਹੈ ਅਤੇ ਗੁਰੂ ਚਰਨਾਂ ਦੇ ਨਾਲ ਤਾਂ ਜੁੜੇਗਾ ਜਦੋਂ ਅਸੀਂ ਗੁਰਬਾਣੀ ਦਾ ਕੋਈ ਸ਼ਬਦ ਕੋਈ ਪਾਠ ਕਰਦੇ ਹੋਏ ਜਾਵਾਂਗੇ। ਤਾਂ ਇਸ ਕਰਕੇ ਜਾਂਦੇ ਸਮੇਂ ਅਸੀਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹਾਂ, ਵਾਹਿਗੁਰੂ ਜੀ ਦਾ ਸਿਮਰਨ ਕਰ ਸਕਦੇ ਹਾਂ, ਕਿਸੇ ਪਾਤਸ਼ਾਹੀ ਦੇ ਨਾਮ ਵੀ ਸਿਮਰਦੇ ਹੋਏ ਜਾ ਸਕਦੇ ਹਾਂ ਜਾਂ ਫਿਰ ਗੁਰਬਾਣੀ ਦਾ ਕੋਈ ਪਾਠ ਕਰਦੇ ਹੋਏ ਗੁਰੂ ਘਰ ਨੂੰ ਜਾ ਸਕਦੇ ਹਾਂ। ਤਾਂ ਇਸ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਕਿਉਂਕਿ ਦੇਖੋ ਜੀ ਗੁਰੂ ਘਰੇ ਜਾਣ ਦਾ ਮਤਲਬ ਆ ਕਿ ਅਸੀਂ ਗੁਰੂ ਘਰ ਕੁਛ ਕਮਾਉਣ ਜਾ ਰਹੇ ਹਾਂ, ਕੁਝ ਹਾਸਲ ਕਰਨ ਜਾ ਰਹੇ ਹਾਂ। ਇਹ ਨਹੀਂ ਕਿ ਗੁਰੂ ਘਰ ਗਏ ਤਾਂ ਕਮਾਉਣ ਸੀ ਪਰ ਸਭ ਕੁਛ ਗਵਾ ਕੇ ਆ ਜਾਈਏ, ਕਿਉਂਕਿ ਜੇਕਰ ਇਹ ਕੰਮ ਕਰਾਂਗੇ ਭਾਵ ਕਿ ਨਿੰਦਿਆ ਚੁਗਲੀ ਕਰਾਂਗੇ ਕਿਸੇ ਦੀ ਬੁਰਾਈ ਕਰਾਂਗੇ ਤਾਂ ਫਿਰ ਜੋ ਅਸੀਂ ਚੰਗੇ ਕੰਮ ਕੀਤੇ ਸਨ ਨਾ ਅਤੇ ਉਹ ਚੰਗੇ ਕੰਮਾਂ ਕਰਕੇ ਸਾਡੇ ਚੰਗੇ ਕਰਮ ਬਣੇ ਸੀ, ਜਿਵੇਂ ਮੰਨ ਲਓ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਾਂ ਸਾਡਾ ਚੰਗਾ ਕਰਮ ਬਣ ਜਾਂਦਾ ਹੈ, ਕਿਸੇ ਜ਼ਰੂਰਤਮੰਦ ਦੀ ਕਿਸੇ ਲੋੜਵੰਦ ਦੀ ਅਸੀਂ ਮਦਦ ਕਰਦੇ ਹਾਂ ਉਹ ਸਾਡਾ ਚੰਗਾ ਕਰਮ ਬਣ ਜਾਂਦਾ ਹੈ। ਤਾਂ ਜੇਕਰ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ, ਕਿਸੇ ਦੀ ਬੁਰਾਈ ਕਰਦੇ ਹਾਂ, ਕਿਸੇ ਬਾਰੇ ਮਾੜਾ ਸੋਚਦੇ ਹਾਂ ਤਾਂ ਫਿਰ ਇਹ ਚੰਗੇ ਕਰਮ ਵੀ ਨਸ਼ਟ ਹੋ ਜਾਂਦੇ ਨੇ। ਮਹਾਂਪੁਰਖ ਜੀ ਕਹਿੰਦੇ ਕਿ 2.5 ਘੰਟੇ ਦਾ ਕੀਤਾ ਹੋਇਆ ਨਿਤਨੇਮ ਅਤੇ ਉਸ ਨਿਤਨੇਮ ਦਾ ਜੋ ਸਾਨੂੰ ਫਲ ਮਿਲਦਾ ਹੈ ਤਾਂ ਉਹ 2.5 ਘੰਟੇ ਨਿਤਨੇਮ ਦਾ ਮਿਲਿਆ ਹੋਇਆ ਫਲ ਅਸੀਂ ਸਿਰਫ 5 ਮਿੰਟ ਦੀ ਨਿੰਦਿਆ ਚੁਗਲੀ ਕਰਕੇ ਗਵਾ ਲੈਂਦੇ ਹਾਂ। ਤਾਂ ਫਿਰ ਇਸ ਕਰਕੇ ਨਿੰਦਿਆ ਚੁਗਲੀ, ਕਿਸੇ ਦੀ ਬੁਰਾਈ, ਕਿਸੇ ਦੇ ਔਗਣ ਜਾਂ ਕਿਸੇ ਦੀ ਕਮੀ ਦਾ ਢੰਡੋਰਾ ਫੇਰਨ ਤੋਂ ਬਚਣਾ ਹੈ ਕਿਉਂਕਿ ਇਹ ਕੰਮ ਸਾਡੀ ਕੀਤੀ ਹੋਈ ਕਮਾਈ ਨੂੰ ਨਸ਼ਟ ਕਰ ਦਿੰਦੇ ਨੇ। ਤਾਂ ਗੁਰੂ ਘਰ ਜਾਣਾ ਹੈ, ਗੁਰਬਾਣੀ ਦਾ ਜਾਪ ਕਰਦੇ ਹੋਏ ਜਾਣਾ ਹੈ, ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਜਾਣਾ ਹੈ, ਤਾਂ ਹੀ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋਵੇਗੀ। ਨਿੰਦਿਆ ਚੁਗਲੀ ਤਾਂ ਸਾਨੂੰ
ਕਿਸੇ ਵੀ ਸਮੇਂ ਕਰਨ ਤੋਂ ਵਾਹਿਗੁਰੂ ਜੀ ਨੇ ਵਰਜਿਆ ਹੈ। ਪਰ ਜੇਕਰ ਅਸੀਂ ਗੁਰੂ ਘਰ ਜਾਂਦੇ ਹੋਏ ਵੀ ਇਹੋ ਜਿਹੇ ਕੰਮ ਕਰਦੇ ਹਾਂ ਤਾਂ ਫਿਰ ਤਾਂ ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ। ਤਾਂ ਇਹ ਕੰਮ ਆਪਾਂ ਨਾ ਹੀ ਦਿਨ ਦੇ ਵਿੱਚ ਵਿਚਰਦਿਆਂ ਹੋਇਆ ਕਿਸੇ ਵੀ ਵੇਲੇ ਕਰਨੇ ਹੈ ਅਤੇ ਗੁਰੂ ਘਰ ਜਾਂਦੇ ਸਮੇਂ ਤਾਂ ਬਿਲਕੁਲ ਹੀ ਇਸ ਗੱਲ ਦਾ ਪਰਹੇਜ਼ ਕਰਨਾ ਹੈ। ਅਤੇ ਹੁਣ ਗੱਲ ਕਰਦੇ ਹਾਂ ਕਿ ਜਦੋਂ ਵੀ ਆਪਾਂ ਗੁਰੂ ਘਰੇ ਜਾਣਾ ਹੈ, ਗੁਰੂ ਦੇ ਅੱਗੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਹੜੇ ਦੋ ਕੰਮ ਕਰਨੇ ਨੇ? ਉਹ ਕੰਮ ਕਰਨੇ ਆ, ਪਹਿਲਾਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ, ਫਿਰ ਖੜੇ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਨਿਮਾਣੇ ਉੱਤੇ ਵੀ ਤਰਸ ਕਰੋ, ਮੇਰੇ ਵੀ ਮਨ ਦੇ ਸਾਰੇ ਵਿਸ਼ੇ ਵਿਕਾਰ ਦੂਰ ਕਰੋ, ਜੋ ਵੀ ਸਾਡੀਆਂ ਕਮੀਆਂ ਹੋਣ, ਜੋ ਵੀ ਸਾਡੇ ਅੰਦਰ ਦੇ ਵਿਸ਼ੇ ਵਿਕਾਰ ਨੇ, ਜੋ ਅੰਦਰ ਦੀਆਂ ਕਮੀਆਂ ਨੇ, ਜਿਵੇਂ ਕਿ ਕਈਆਂ ਨੂੰ ਗੁੱਸਾ ਬੜਾ ਆਉਂਦਾ ਹੈ, ਕਈਆਂ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਆ, ਜਾਂ ਜੋ ਵੀ ਔਗਣ ਨੇ ਸਾਡੇ ਵਿੱਚ, ਸਬਰ ਨਹੀਂ ਆ, ਜੋ ਜੋ ਔਗਣ ਨੇ, ਜੋ ਜੋ ਕਮੀਆਂ ਨੇ ਆਪਣੇ ਗੁਰੂ ਦੇ ਅੱਗੇ ਰੱਖ ਦੇਣੀਆਂ ਨੇ ਅਤੇ ਕਹਿਣਾ ਕਿ ਪਾਤਸ਼ਾਹ ਮੇਰੇ ਉੱਤੇ ਤਰਸ ਕਰੋ, ਮੈਨੂੰ ਇਹਨਾਂ ਔਗਣਾਂ ਤੋਂ ਬਚਾ ਲਓ, ਮੇਰੇ ਅੰਦਰ ਵੀ ਨਿਮਰਤਾ, ਸਹਿਣਸ਼ੀਲਤਾ, ਪ੍ਰੇਮ ਪਿਆਰ, ਗੁਰੂ ਪ੍ਰਤੀ ਸਤਿਕਾਰ, ਗੁਰੂ ਪ੍ਰਤੀ ਭਰੋਸਾ ਬਖਸ਼ੋ। ਅਤੇ ਹਮੇਸ਼ਾ ਗੁਰੂ ਘਰੇ ਜਾ ਕੇ ਗੁਰੂ ਨੂੰ ਮੰਗਣਾ ਨਾ ਭੁੱਲੋ, ਭਾਵ ਕਿ ਹਮੇਸ਼ਾ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਪਾਤਸ਼ਾਹ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾਓ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਭਾਵ ਕਿ ਬਾਣੀ ਪੜ੍ਹਨੀ, ਬਾਣੀ ਸੁਣਨੀ, ਜਾਂ ਗੁਰੂ ਘਰ ਜਾ ਕੇ ਗੁਰੂ ਦੀ ਸੇਵਾ ਕਰਨੀ, ਇਹ ਦਾਤਾ ਮੇਰੀ ਝੋਲੀ ਦੇ ਵਿੱਚ ਪਾਓ। ਜਦੋਂ ਆਪਾਂ ਰੋਜ਼ ਰੋਜ਼ ਜਾ ਕੇ ਇਹ ਅਰਦਾਸ ਬੇਨਤੀ ਕਰਾਂਗੇ ਤਾਂ ਪਾਤਸ਼ਾਹ ਸਾਡੇ ਉੱਤੇ ਕਿਰਪਾ ਜ਼ਰੂਰ ਕਰਨਗੇ। ਬਸ ਲੋੜ ਪਾਤਸ਼ਾਹ ਦੀ ਕਿਰਪਾ ਦੀ ਹੈ। ਜਿਸ ਦਿਨ ਤੋਂ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ, ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ, ਚਾਹੇ ਪੰਜ ਬਾਣੀਆਂ ਪੜ੍ਹ ਲਈਏ, ਚਾਹੇ ਜਪਜੀ ਸਾਹਿਬ ਜੀ ਦਾ ਪਾਠ, ਜਾਂ ਕਿਸੇ ਵੀ ਸ਼ਬਦ ਦੇ ਉੱਤੇ ਵਿਚਾਰ ਕਰੀਏ, ਤਾਂ ਸਾਡਾ ਜੀਵਨ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਵੇਗਾ। ਅਤੇ ਉਸ ਤੋਂ ਬਾਅਦ ਦੂਸਰਾ ਕੰਮ ਕਿ ਜਦੋਂ ਵੀ ਗੁਰੂ ਘਰੇ ਜਾਓ, ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਕੁਝ ਦੇਰ ਹਾਜ਼ਰੀ ਜ਼ਰੂਰ ਲਗਵਾਉਣੀ ਆ, ਅਤੇ ਉਸ ਵੇਲੇ ਜੋ ਵੀ ਕਥਾ ਕੀਰਤਨ ਹੋ ਰਿਹਾ ਹੋਵੇ ਜਾਂ ਬਾਣੀ ਦਾ ਜਾਪ ਚੱਲ ਰਿਹਾ ਹੋਵੇ, ਉਹਨੂੰ ਬੜੇ ਹੀ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਆ, ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ ਮੁਸ਼ਕਲਾਂ, ਬੜੀਆਂ ਹੀ ਸਮੱਸਿਆਵਾਂ ਲੈ ਕੇ ਗੁਰੂ ਘਰ ਜਾਂਦੇ ਹਾਂ ਅਤੇ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਜੀ ਉਹਨਾਂ ਮੁਸ਼ਕਲਾਂ ਦੇ ਹੱਲ ਦੱਸ ਦੇਣ, ਤਾਂ ਗੁਰੂ ਸਾਹਿਬ ਜੀ ਉਹਨਾਂ ਮੁਸ਼ਕਲਾਂ ਦੇ ਹੱਲ ਦੱਸਦੇ ਨੇ, ਸਾਡੇ ਰਸਤੇ ਸਾਫ਼ ਕਰਦੇ ਨੇ, ਪਰ ਅਸੀਂ ਸਮਝ ਨਹੀਂ ਪਾਉਂਦੇ। ਸਮਝਾਂਗੇ ਤਾਂ ਜਦੋਂ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਾਂਗੇ, ਤਾਂ ਜੋ ਵੀ ਗੁਰੂ ਘਰ ਦੇ ਵਿੱਚ ਕਥਾ ਕੀਰਤਨ ਹੋ ਰਹੀ ਹੋਵੇ, ਗੁਰਬਾਣੀ ਦਾ ਪਾਠ ਚੱਲ ਰਿਹਾ ਹੋਵੇ, ਉਹਨੂੰ ਧਿਆਨ ਨਾਲ ਸੁਣੋ ਅਤੇ ਗੁਰੂ ਦਾ ਉਪਦੇਸ਼ ਸਮਝੋ। ਉਸ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਕੋਈ ਨਾ ਕੋਈ ਮੱਤ, ਕੋਈ ਨਾ ਕੋਈ ਰਸਤਾ ਜ਼ਰੂਰ ਦਿਖਾ ਰਹੇ ਹੋਣਗੇ। ਤਾਂ ਗੁਰੂ ਘਰ ਜਾ ਕੇ ਕਦੇ ਵੀ ਕਾਹਲੀ ਨਹੀਂ ਕਰਨੀ ਚਾਹੀਦੀ, ਹਮੇਸ਼ਾ ਇਹ ਕੰਮ ਕਰਨੇ ਆ। ਇੱਕ ਤਾਂ ਗੁਰੂ ਅੱਗੇ ਖੜ ਕੇ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਅੰਮ੍ਰਿਤ ਵੇਲਾ ਬਖਸ਼ੋ, ਅੰਮ੍ਰਿਤ ਵੇਲੇ ਦਾ ਨਾਮ ਝੋਲੀ ਦੇ ਵਿੱਚ ਪਾਓ, ਅਤੇ ਦੂਸਰੀ ਗੁਰੂ ਦੀ ਗੋਦ ਵਿੱਚ ਬੈਠ ਕੇ, ਭਾਵ ਕਿ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਪਿਆਰ ਸਤਿਕਾਰ ਦੇ ਨਾਲ ਬਾਣੀ ਕਥਾ ਕੀਰਤਨ ਸੁਣਨਾ।